हाँ जी, सत श्री अकाल जी सारिआं नूं। मैं पिछली वीडियो पाई सी, उहदे विच शायद मेरा एक क्लिप सी जदों मैं संदीप दे लागू उठिआ ते परना बनन लगा हां, ते मैनूं कुछ जाणां दे विच कमेंट आए कि भाजी परना किद्दां बनीदा, उहनूं दी वीडियो बना के भेजो। वैसे ते मैं कोई एक्सपर्ट नहीं हैगा, नॉर्मली मैं परना बनना वा, नॉर्मल जी पग बनदा वा, इस करके वी ਇਹ ਨਾ ਕਿਉਂਕਿ ਮੈਂ ਗਿਆਨ ਚਾਰ ਹੁੰਦਿਆਂ ਮੈਂ ਸਿਰਫ ਉਹ ਕਮੈਂਟ ਕਰਨ ਵਾਲਿਆਂ ਦੇ ਕਹਿਣ ਦੇ ਉੱਤੇ ਛੋਟੀ ਜਿਹੀ ਵੀਡੀਓ ਲਗਾਵਾਂ ਬਣਾਉਣ ਕਿ ਕਿਵੇਂ ਬੰਨਣਾ ਵਾ ਨੋਰਮਲ ਜਿਹਾ ਬਰਨਾ। ਅਤੇ ਹੈ ਤਾਂ ਕੁਝ ਖਾਸ ਖਾਸ ਕੰਮ ਨਹੀਂ ਹੈਗਾ, ਜਿੱਦਾਂ ਜਿਹੜੇ ਨਵੇਂ ਮੁੰਡੇ ਆ, ਜਿੱਦਾਂ ਕੁਛ ਵਿੱਚੋਂ ਮੈਨੂੰ ਸ਼ਾਇਦ ਕਮੈਂਟ ਨਾ ਮਾਵਾਂ ਦੇ ਹੀ ਆਏ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਚਾਹੁੰਦੀ ਹਾਂ ਕਿ ਉਹ ਬਰਨਾ ਬੰਨਣਾ ਸਿੱਖਣ। ਅਤੇ ਚਲੋ ਵਧੀਆ ਗੱਲ ਆ, ਜਿਵੇਂ ਦਾ ਮਰਜ਼ੀ ਹੋਵੇ ਪੱਗ, ਜਿੱਦਾਂ ਦੀ ਮਰਜ਼ੀ ਹੋਵੇ, ਜਿਹੜੀ ਆ ਬੰਨੀ ਆ ਸੋਹਣੀ ਲੱਗਦੀ ਆ, ਉਹ ਭਾਵੇਂ ਕਿਵੇਂ ਦੀ ਵੀ ਹੋਵੇ, ਅਤੇ ਚਲੋ ਥੋੜ੍ਹੀ ਅਟਰੈਕਟਿਵ ਹੁੰਦੀ ਆ, ਚੰਗੀ ਲੱਗਦੀ ਆ। ਬਾਕੀ ਮੈਂ ਜਿਹੜਾ ਪਰਨਾ ਬੰਨਦਾ ਵਾ ਉਹ ਕੋਈ ਤਕਰੀਬਨ 2 ਮੀਟਰ ਦਾ ਹੁੰਦਾ ਵਾ, ਅਤੇ ਥੋੜ੍ਹਾ ਜਿਹਾ ਮੇਰਾ ਸਟਾਈਲ ਆਪਣਾ ਵਾ ਬੰਨਣ ਦਾ, ਕਿਸੇ ਦਾ ਆਪਣਾ ਹੁੰਦਾ ਵਾ। ਇੱਦਾਂ ਸਿੱਧਾ ਪਰਨੇ ਨੂੰ ਫੜ ਕੇ ਇਹਨੂੰ ਇਹਦੀ ਕੰਨੀ ਤੋਂ ਦੂਜੀ ਕੰਨੀ ਦੇ ਨਾਲ ਇੱਦਾਂ 90 ਡਿਗਰੀ ਦੇ ਉੱਤੇ ਇਹਨੂੰ ਘੁਮਾ ਲੈਣਾ ਵਾ, ਇੱਦਾਂ ਦੀ ਕੋਨ ਨਿਕਲ ਆਉਣੀ ਇੱਕ ਸਾਈਡ ਤੋਂ, ਇਸੇ ਕੋਨ ਨੂੰ ਫੜ ਕੇ ਬਾਅਦ ਵਿੱਚ ਆਪਣੇ ਸਿਰ 'ਤੇ ਰੱਖ ਲੈਣਾ। ਹੁਣ ਇਹ ਜਿਹੜਾ ਲੜ ਬਾਹਰ ਨੂੰ ਨਿਕਲਿਆ ਹੋਣਾ ਥੋੜ੍ਹਾ ਜਿਹਾ, ਇਸ ਲੜ ਨੂੰ ਇਕੱਠਾ ਕਰਕੇ ਤੁਸੀਂ ਵਿੱਚੇ ਦੇ ਲੈਣਾ, ਇਹਦੇ ਇਸ ਲੜ ਦੇ ਵਿੱਚ ਦੇ ਲੈਣਾ। ਉੱਪਰਲੀ ਸਾਈਡ ਦੇ ਉੱਤੇ ਜਿਹੜਾ ਤੁਹਾਡੇ ਸਿਰ ਦੇ ਉੱਪਰ ਪਰਨਾ ਹੋਣਾ ਵਾ, ਇਸ ਪਰਨੇ ਨੂੰ ਵੀ ਉਹਦਾ ਸਿੰਗਲ ਲੜ ਵਿੱਚੋਂ ਕੱਢ ਕੇ ਅਤੇ ਥੱਲੇ ਕਰ ਲੈਣਾ ਵਾ, ਤਾਂ ਕਿ ਸਾਰਾ ਸਿਰ ਢੱਕਿਆ ਜਾਵੇ ਆਪਣਾ, ਅਤੇ ਨਾਲ ਹੀ ਥੋੜ੍ਹਾ ਜਿਹਾ ਜਿੰਨਾ ਜਿਹੜੇ ਮੁੰਡਿਆਂ ਨੇ ਵਾਲ ਰੱਖੇ ਆ ਜੂੜਾ ਕਰਦੇ ਆ, ਨਾਲ ਹੀ ਉਹਦੇ ਨਾਲ ਕਿ ਥੋੜ੍ਹਾ ਜਿਹਾ ਜੂੜਾ ਜਿਹੜਾ ਵਾ ਅੱਗੇ ਨੂੰ ਆ ਜਾਣਾ ਵਾ, ਅਤੇ ਉਸ ਜੂੜੇ ਦੇ ਉੱਪਰ ਫਿਰ ਆਪਣਾ ਇਹ ਪਰਨਾ ਜਿਹੜਾ ਲੇਟਿਆ ਜਾਣਾ ਚੰਗੀ ਤਰ੍ਹਾਂ। ਬਾਕੀ ਪਰਨਾ ਥੋੜ੍ਹਾ ਜਿਹਾ ਵੱਡਾ ਹੋਵੇ, 2-2.5 ਮੀਟਰ ਦਾ ਹੋਵੇ ਤਾਂ ਉਹ ਸੋਹਣਾ ਲੱਗਦਾ, ਬਿਲਕੁਲ ਛੋਟਾ ਜਿਹਾ ਪਰਨਾ ਵੀ ਜਿਹੜਾ ਬਿਲਕੁਲ ਪੱਟੀ ਜਿਹੀ ਲੱਗਦੀ ਆ, ਇਹ ਕਰਕੇ ਕੋਸ਼ਿਸ਼ ਕਰੋ ਕਿ ਵੱਡਾ ਪਰਨਾ ਬੰਨਣ ਦੀ, ਜਿੰਨਾ ਵੱਡਾ ਪਰਨਾ ਹੋਊਗਾ ਉਨਾ ਸੋਹਣਾ ਲੱਗੂਗਾ ਜ਼ਿਆਦਾ। ਅਤੇ ਬਾਅਦ ਵਿੱਚ ਇੱਦਾਂ ਹੀ ਆਪਣਾ ਜਿਹੜਾ ਆਖਰੀ ਲੜ ਵਾ ਇਹਨੂੰ ਇਹ ਕਵਰ ਕਰਕੇ, ਅਤੇ ਭਾਵੇਂ ਤੁਸੀਂ ਲੜ ਦੇ ਵਿੱਚ ਉੱਪਰਲੀ ਸਾਈਡ 'ਤੇ ਦੇ ਦਿਓ ਅਤੇ ਭਾਵੇਂ ਤੁਸੀਂ ਥੱਲੜਲੀ ਸਾਈਡ 'ਤੇ ਦੇ ਦਿਓ, ਵੈਸੇ ਮੇਰਾ ਤਾਂ ਸਟਾਈਲ ਉੱਪਰਲੀ ਸਾਈਡ 'ਤੇ ਦੇਣ ਦਾ, ਮੈਂ ਤਾਂ ਉੱਪਰਲੀ ਸਾਈਡ 'ਤੇ ਦਿੰਦਾ ਹਾਂ। ਸਿੰਪਲ ਜਿਹਾ ਕੰਮ ਆ ਜੀ ਪਰਨਾ ਬੰਨਣ ਦਾ, ਬਾਕੀ ਆਪਣੇ ਮੁੰਡਿਆਂ ਨੂੰ ਸਿੱਖੀ ਵੱਲ ਜ਼ਰੂਰ ਲਾਓ, ਸਿੱਖੀ ਨਾਲ ਜੋੜ ਕੇ ਰੱਖੋ ਜਿੰਨਾ ਹੋ ਸਕੇ, ਅਤੇ ਪੱਗ ਪਰਨੇ ਬੰਨਣੇ ਜ਼ਰੂਰ ਸਿਖਾਓ। ਓਕੇ ਜੀ, ਬਾਕੀ ਕੋਈ ਗਲਤੀ ਮਲਤੀ ਹੋਵੇ ਤਾਂ ਮਾਫ਼ ਕਰ ਦਿਓ, ਅਤੇ ਓਕੇ, ਥੈਂਕ ਯੂ।